कौम की हालत जी, ठीक हो? तबीयत से ठीक आ। मैं मोहम्मद काशिफ, तुम देख रहे हो यूट्यूब चैनल काशी व्लॉग। ते नाल साढ़े बैठे आ बाबा खुशी लोहार साहब, नाल साढ़े बैठे आ भाई काशिफ। ते अज असि बाबा खुशी साहब को आए हैं, इन्होंने को माहिए सुनते हैं, शेर सुनते हैं, नाले अपने भैन भाइयों सुनवाने। हाँ जी हाँ जी। तो सुनाओगे जैसे माई डियर फ्रेंड, मेरे प्यारे दोस्त, मेरे प्यारे जी, तो सानू हुण माई शेर सुनवाओ। हाँ, उन्हें आखिया जी हीरे हीरे शहर विकते वेखे, मोती तकड़ी तुलते वेखे, सियाने बंदे गल्लां तो भुलते वेखे, फुल पैरां विच रुलदे वेखे, दुनिया वेखी रंग बिरंगी, कई कई रंग एक फुल दे वेखे। गल्लां विचों गल ते कोई नहीं सी, गल्लां विचों गल ते कोई नहीं सी, पर उन्होंने गल दी गल बना छोड़ी, बना छोड़ी। असी जिन्नी गल मकांदे रहे उन्हें उन्नी गल बना छोड़ी। असी नित शां खलूस दी करदे रहे, उन्हें झिड़कां नाल बंजा छोड़ी, बंजा छोड़ी। असी लोकां नाल मकांदे रहे, उन्हें साडे नाल मका छोड़ी, साडे नाल मका छोड़ी, साडे नाल मका छोड़ी। हां जी, लहजा जी ਵਿਖੇ ਖੁਸ਼ੀ ਹੁੰਦੀ, ਹਾਸੇ ਤਦੋਂ ਆਉਂਦੇ, ਸੱਜਣਾ ਬਾਜ ਨਹੀਂ ਦੁੱਖ ਸੁਣਾਏ ਜਾਂਦੇ, ਪੁੱਤਰਾਂ ਬਾਜ ਨਹੀਂ ਕਾਲਜੇ ਠੰਡ ਪੈਂਦੀ, ਛੇਕਾਂ ਬਾਜ ਨਹੀਂ ਮੋਤੀ ਪਰੋਏ ਜਾਂਦੇ। ਜਦੋਂ ਭਾਰੀ ਇਨਸਾਨ ਤੇ ਬਣ ਜਾਂਦੀ, ਸੱਜਣ ਤੇ ਦੁਸ਼ਮਣ ਸਾਰੇ ਟੋਏ ਜਾਂਦੇ। ਇਹ ਖੁਸ਼ੀ ਲੁਹਾਰ ਨੇ ਸ਼ੇਰ ਤਿਆਰ ਕੀਤਾ, ਭਾਈਆਂ ਬਾਜ ਨਹੀਂ ਧੋਣੇ ਧੋਏ ਜਾਂਦੇ, ਵੀਰ ਹੀ ਹੋਣ ਤੇ ਧੋਣੇ ਧੋਂਦੇ ਆ, ਕਿਸੇ ਨੇ ਕੀ ਕਿਸੇ ਦਾ ਧੋਣਾ, ਓਏ ਕੋਈ ਤੇ ਪੌਣਾ ਨਹੀਂ ਧੋ ਕੇ ਫਰਾਂਦਾ, ਆਂਦੇ ਪਰਾਂ ਨਲਕੇ ਤੇ ਛੱਡਿਆ ਵਾ ਆਪੇ ਧੋਂਦਾ ਰਹੇਗਾ। ਸਹੀ ਗੱਲ ਹੈ, ਰੇ ਰੱਬ ਦੀ ਜ਼ਾਤ ਬਹੁਤ ਡਾਢੀ, ਜੋ ਚਾਹੇ ਤੇ ਸੋ ਕਰਵਾ ਦੇਵੇ, ਬਾਦਸ਼ਾਹ ਨੂੰ ਲਾਹ ਕੇ ਤਖਤ ਤੋਂ, ਗੁਦਾਗਰ ਨੂੰ ਤਖਤ ਬਿਠਾ ਦੇਵੇ, ਸ਼ਾਹ ਮਨਸੂਰ ਨੂੰ ਚਾੜਿਆ ਆਪ ਸੂਰੀ, ਹਜ਼ਰਤ ਯੂਸਫ ਅਲੈਹ ਸਲਾਮ ਨੂੰ ਕੈਦ ਕਰਾ ਦੇਵੇ, ਵਾਰੇ ਸ਼ਾਹ ਮੀਆਂ ਡਰੀਏ ਸੱਚੇ ਰੱਬ ਕੋਲੋਂ, ਜਿਹੜਾ ਚਿੜੀਆਂ ਕੋਲੋਂ ਬਾਜ ਬਰਬਾਦ। ਸਹੀ ਗੱਲ ਹੈ ਚਾਚਾ, ਚਿੜੀਆਂ ਕੋਲ ਬਾਜ। ਅੱਛਾ, ਘੜੀਆਂ ਦਾ ਮਜ਼ਾ ਕੀ ਸੁਣਾਉਂਦੇ ਸੀ? ਉਹਨੇ ਆਖਿਆ ਜੀ ਘੜੀ ਬਾਂਹ ਨਾਲ ਬੰਦ ਰਹਿੰਦੀ, ਘੜੀ ਬਾਂਹ ਨਾਲ ਬੰਦ ਰਹਿੰਦੀ, ਸੌ ਸੌ ਪਾਵਾਂ ਫੇਰੀਆਂ ਤੇਰੀ ਬੈਠਕ ਬੰਦ ਰਹਿੰਦੀ, ਜਦੋਂ ਝਾਤੀ ਮਾਰੀਏ ਬੂਹਾ ਵੱਜਾ ਹੁੰਦਾ, ਬਾਬਾ ਖੁਸ਼ੀ ਇਹ ਆਵੀਂ ਜਿਹੜਾ ਸਾਡੀ ਬੈਠਕ ਨਵੀਂ ਪੈਣੀ ਹੈ, ਉੱਥੇ ਬਵਾਂ ਬਵਾਂਗੇ ਉੱਥੇ, ਅਤੇ ਮੈਂ ਜਦੋਂ ਵੇਖਦਾ ਤੇ ਤੁਹਾਡੀ ਬੈਠਕ ਦਾ ਬੂਹਾ ਹੀ ਵੱਜਾ ਹੁੰਦਾ। ਉਹਨੇ ਕਿਹਾ ਮੱਝ ਪਾਣੀ ਵਿੱਚ ਬਹਿ ਗਈਏ, ਅਸਾਂ ਦਿਲ ਦੇ ਛੱਡਿਆ ਅਤੇ ਗੱਲ ਤੁਹਾਡੇ ਵੱਲੋਂ ਰਹਿ ਗਈ, ਬੱਕਰੀ ਦਾ ਪੈਰ ਹੋਵੇ ਅਤੇ ਬੱਤੀ ਪਈ ਬਲਦੀਏ, ਘਰ ਸੱਜਣਾ ਦੇ ਖੈਰ ਹੋਵੇ। ਅਸੀਂ ਸੱਜਣਾ ਵਾਸਤੇ ਜੀ ਖੈਰਾਂ ਮੰਗਦੇ ਰਹਿੰਦੇ ਹਾਂ, ਸੱਜਣਾ ਵਾਸਤੇ ਵੀ ਖੈਰਾਂ ਮੰਗਦੇ ਰਹਿੰਦੇ ਹਾਂ, ਅੱਲਾ ਪਾਕ ਸੱਜਣਾ ਦੇ ਘਰ ਵੀ ਖੈਰ ਕਰੇ। ਉਹਨੇ ਆਖਿਆ ਹੱਟੀਆਂ 'ਚ ਖੰਡ ਕੋਈ ਨਾ, ਆਵਾਂ ਜਾਵਾਂ ਤੇਰੇ ਬਦਲੇ, ਸਾਡਾ ਹਸਪਤਾਲ ਵਿੱਚ ਕੰਮ ਕੋਈ ਨਾ, ਸਾਡਾ ਉੱਥੇ ਕੀ ਕੰਮ ਸੀ ਵੀ ਤੇਰੇ ਵਾਸਤੇ ਆਏ ਹਾਂ, ਦੱਸੋ ਬਾਬਾ ਖੁਸ਼ੀ ਲਵਾ ਹਸਪਤਾਲ 'ਚ। ਹਾਂਜੀ, ਉਹਨੇ ਆਖਿਆ ਘੜੀਆਂ ਜਪਾਉਣ ਦੀਆਂ, ਘੜੀਆਂ ਜਪਾਉਣ ਦੀਆਂ, ਅਤੇ ਅੱਧ ਵਿੱਚ ਨਾ ਛੋੜੀ, ਸਾਨੂੰ ਅੱਧ ਵਿੱਚ ਨਾ ਛੋੜੀ, ਗੱਲਾਂ ਸੁਣ ਕੇ ਜਹਾਨ ਦੀਆਂ, ਸੁਣ ਕੇ ਜਹਾਨ, ਲੋਕਾਂ ਦੀਆਂ ਗੱਲਾਂ ਸੁਣ ਕੇ, ਸਹੀ ਆਖਿਆ ਚਾਚਾ, ਜਹਾਨ ਦੀਆਂ ਗੱਲਾਂ ਸੁਣ ਕੇ ਤੇ ਅੱਜ ਵਿੱਚ ਛੱਡ ਜਾਂਦੇ ਨਾ ਛੋੜੀ। ਉਹਨੇ ਆਖਿਆ ਵੀ ਚਾਚਾ ਜੀ, ਜਦੋਂ ਪਾਕਿਸਤਾਨ ਬਣਿਆ ਤੁਹਾਡੀ ਕਿੰਨੀ ਉਮਰ? 13 ਸਾਲ ਉਮਰ ਜੀ, 13 ਸਾਲ ਜੀ, ਉਹ ਪਾਕਿਸਤਾਨ ਬਣਿਆ ਮੇਰੀ 13 ਸਾਲ ਉਮਰ ਸੀ। ਚਲੋ ਮਾਸ਼ਾਅੱਲਾ, ਹੁਣ ਤੇਰਾ ਸਾਲ ਉਮਰ ਆਪਣੇ ਕੋਲੋਂ ਹੀ? ਹਾਂ, ਆਪਣੇ ਕੋਲੋਂ ਹੀ ਬਣਾਉਂਦੇ ਰਹਿੰਦੇ ਹਾਂ, ਕੁਛ ਅੱਲਾ ਪਾਕ ਦਾ ਵੀ ਦੇਣ ਹੈ ਨਾ, ਕਿਸੇ ਨੂੰ ਬਹੁਤੀ ਇੱਜ਼ਤ, ਕਿਸੇ ਨੂੰ ਥੋੜ੍ਹੀ ਇੱਜ਼ਤ, ਕਿਸੇ ਨੂੰ ਬਹੁਤਾ, ਕਿਸੇ ਨੂੰ ਕਿੰਨੇ ਕਮਾਈ ਹੈ ਉਹਦੀ ਮਰਜ਼ੀ ਹੈ, ਮਾਇਆ ਵਕਤੀ ਤਾਂ ਉਹਦੇ ਬਣਾ ਲਈ। ਤੁਸੀਂ ਪੜ੍ਹਿਆ ਹੋਇਆ ਹੋ? ਆਹੋ, ਜਿੱਦਾਂ ਤੁਹਾਡੀਆਂ ਮੁੱਛਾਂ ਰੱਖੀਆਂ ਨੇ, ਵੀ ਪਹਿਲੀ ਦਾ ਲਾ ਕੇ ਦਾ, ਦਿਲ ਕਮਜ਼ੋਰ ਹੋਵੇ ਤੇ ਮੁੱਛਾਂ ਰੱਖਣ ਦਾ ਕਿਆ ਫਾਇਦਾ। ਅੱਡਿਆਂ ਵਿੱਚ ਲਾਰੀ ਆ, 8 ਪੜ੍ਹੇ ਜੀ, ਅੱਡਿਆਂ ਵਿੱਚ ਲਾਰੀ ਆ, ਤੇ ਪਫ ਬਾਹੂ ਨਾ ਸੱਟਿਆ ਕਰ, ਪਫ ਬਾਹੂ ਨਾ ਸੱਟਿਆ ਕਰ, ਸਾਰਾ ਮੁਲਕ ਚੁਕਾਰੀ ਆ, ਸਾਰਾ ਮੁਲਕ ਸੜਕਾਂ 'ਤੇ ਅੱਕ ਮਾਈ ਆ, ਸੜਕਾਂ 'ਤੇ ਆ, ਅਤੇ ਚੋਰੀ ਚੋਰੀ ਮਿਲਿਆ ਕਰੋ, ਲੋਕੀ ਕਰਦੇ ਨੇ ਸ਼ੱਕ ਮਾਈਆ ਜੀ ਚਾਚਾ ਜੀ। ਉਹਨੇ ਆਖਿਆ ਵੀ ਚੋਰੀ ਚੋਰੀ ਮਿਲਿਆ ਕਰੋ, ਲੋਕੀ ਸ਼ੱਕ ਕਰਦੇ ਨੇ, ਜੰਗਲਾਂ ਵਿੱਚ ਰੁੱਖ ਮਾਈਆ, ਜੰਗਲਾਂ ਵਿੱਚ ਰੁੱਖ ਮਾਈਆ, ਤੇ ਸਾਨੂੰ ਰੋਜ਼ ਰਵਾਇਆ ਕਰ, ਸਾਨੂੰ ਰੋਜ਼ ਰਵਾਇਆ ਕਰ, ਜੇ ਹੁੰਦਾ ਏ ਤੈਨੂੰ ਸੁੱਖ ਮਾਈਆ, ਜੇ ਤੈਨੂੰ ਸੁੱਖ ਹੁੰਦਾ ਨਾ ਤੇ ਸਾਨੂੰ ਰੋਜ਼ ਰਵਾਇਆ ਕਰ, ਅਸੀਂ ਤੇਰੇ ਤੇ ਰਾਜੀ ਹਾਂ, ਸਾਨੂੰ ਰੋਜ਼ ਰਵਾਇਆ ਕਰ, ਵੀ ਜੇ ਤੈਨੂੰ ਵੀ ਸੁੱਖ ਹੁੰਦਾ ਤੇ। ਉਹਨੇ ਆਖਿਆ ਵੀ ਚਾਹ ਪੁਣ ਕੇ ਪੀ ਲਿਆ ਕਰ, ਮੰਨਣੀ ਤੇ ਤੂੰ ਕੋਈ ਨਹੀਂ,
ਉਹ ਗੱਲ ਬਹਿ ਕੇ ਤੇ ਸੁਣ ਲਿਆ ਕਰ, ਖੋਤੀ ਦੀ ਝੁੱਲ ਸੀਤੀ ਹੋ ਜਾਂਦੀ ਮਾਇਆ ਸਾਹਮਣੇ, ਖੋਤੀ ਰਹਿਣੀ ਜਾਣ ਰਹੀ ਆ ਤੇ ਬਾਬਾ ਜੀ ਉਹਨਾਂ ਦੇ ਖੋਤੀ ਦੀ ਝੁੱਲ ਸੀਤੀ ਤੇ ਮਾਇਆ ਵੀ ਨਾ ਮਿਲਿਆ ਤੇ ਦਿਹਾੜੀ ਵੀ ਗੁੱਲ ਕੀਤੀ। ਉਹ ਬੱਕਰੀ ਦਾ ਪੈਰ ਹੋਵੇ ਤੇ ਬੱਤੀ ਪਈ ਬਲਦੀ ਹੈ ਘਰ ਸੱਜਣਾ ਨੇ ਖੈਰ ਹੋ। ਉਹ ਦੇਖੋ ਜੀ ਸਾਹਮਣੇ ਖੋਤੀ ਰੇੜੀ ਜਾਣ ਰਹੀ ਹੈ ਤੇ ਨਾਲ ਬੱਕਰੀਆਂ ਜਾਣ ਰਹੀਆਂ, ਬਾਬਾ ਜੀ ਉਹਨਾਂ ਦਾ ਸ਼ੇਰ ਜਾਂਦਾ ਬੱਕਰੀ ਦਾ ਮਾਇਆ ਜੀ ਆ ਬਹਿ ਗਈਆਂ ਰੇੜੇ ਤੇ, ਪੁੱਤ ਮੇਰਾ ਇੱਥੇ ਵਸੇ ਰੂਹ ਸੱਜਣਾ ਦੇ ਡੇਰੇ ਤੇ, ਪੁੱਤ ਮੇਰਾ ਇੱਥੇ ਵਜੇ। ਅੱਛਾ ਵੇਖ ਕੇ ਮਾਇਆ ਬਣਾ ਦਿੰਦੇ? ਹਾਂ ਵੇਖ ਕੇ ਮਾਇਆ ਬਣਾਉਂਦੇ ਜੀ, ਜਿਹੜਾ ਵੀ ਸਾਹਮਣੇ ਗੱਲ ਆਈ ਨਾ ਉਹਦਾ। ਹੁਣ ਮੋਟਰਸਾਈਕਲ ਜਾਣ ਡਿਆ ਵਾ? ਹਾਂ ਚਲੋ ਮੋਟਰਸਾਈਕਲ ਜਾਂਦਾ ਤਾਂ ਉਹਨੇ ਆਖਿਆ ਪਾਣੀ ਵਿੱਚ ਤਰ ਜਾਂਦੇ ਹੋ, ਪਾਣੀ ਵਿੱਚ ਤਰ ਜਾਂਦੇ ਹੋ ਤੇ ਜਦੋਂ ਕੋਈ ਮੌਕਾ ਬਣੇ ਤੇ ਉਦੋਂ ਤੁਸੀਂ ਮੋਟਰਸਾਈਕਲ 'ਤੇ ਚੜ੍ਹ ਜਾਂਦੇ ਹੋ। ਜਾਂਦੇ ਮੋਟਰਸਾਈਕਲ 'ਤੇ ਚੜ੍ਹ ਜਾਂਦੇ। ਠੀਕ ਹੋ ਗਿਆ ਚਾਚੀ, ਕਾਲਾ ਬਣਾਓ ਹਾਂ ਭਲਾ। ਮੈਂ ਐਨਕ ਲਗਾਈ ਰੱਖਾਈ ਮੈਂ ਐਨਕ ਲਗਾਈ ਰੱਖਣਾ ਮੈਂ ਐਨਕ ਲਗਾਈ ਰੱਖਾਂ ਕੋਈ ਜਾਣੇ ਨਾ ਜਾਣੇ, ਕੋਈ ਜਾਣੇ ਨਾ ਜਾਣੇ, ਮੈਂ ਇੱਜ਼ਤ ਬਣਾਈ ਰੱਖਾਂ, ਇੱਜ਼ਤ ਬਣਾਈ ਰੱਖਾਂ। ਮੈਨੂੰ ਸ਼ੌਕ ਆ, ਮੈਂ ਆਪਣਾ ਸ਼ੌਕ ਪੂਰਾ ਕਰਦਾ, ਮੈਂ ਆਪਣੀ ਇੱਜ਼ਤ ਬਣਾਈ ਰੱਖਣੀ। ਕੋਈ ਜਾਣੇ ਨਾ ਜਾਣੇ, ਲਾਵਾਂ ਪੈਂਚਰ ਟਾਇਰਾਂ ਨੂੰ, ਆਪ ਭਾਵੇਂ ਲੁੱਟ ਲੈਂਦੀ ਹਾਂ ਕਿਉਂ ਦੱਸਿਆ ਗੈਰਾਂ ਨੂੰ। ਆਹ ਦੇਖੋ ਨਾ ਮਰੂਦ, ਹਾਂ ਦੋ ਪੱਤਰ ਮਰੂਦਾਂ ਦੇ, ਅਮਰੂਦਾਂ ਦਾ ਬਾਗ ਲੱਗਿਆ ਜੀ ਤੇ ਬਾਬੇ ਜੀ ਉਹਨਾਂ ਦੇ ਅਮਰੂਦਾਂ, ਹਾਂ ਦੋ ਪੱਤਰ ਮਰੂਦਾਂ ਦੇ ਤੇ ਤੇਰੀ ਮੇਰੀ ਇੱਕ ਜਿੰਦੜੀ ਵਿੱਚ ਫਰਕ ਵਜੂਦਾਂ ਦੇ। ਸਹੀ ਗੱਲ, ਹਾਂਜੀ ਵਾਹ। ਠੰਡੀ ਸ਼ਾਮ ਵਿੱਚ ਧਰੇਕਾਂ ਦੀ, ਇੱਕ ਮੇਰਾ ਦਿਲ ਸੜਿਆ ਦੂਜੀ ਸੜੀ ਹੋਈਆਂ ਲੇਖਾਂ, ਰਾਹ ਜਾਂਦਾ ਠਾਣੇ ਨੂੰ ਤੇ ਮਰਜ਼ਾਂ ਤੂੰ ਲਾਈਆਂ ਤੇ ਕੀ ਪੁੱਛੀਏ ਸਿਆਣੇ ਨੇ, ਉਹ ਮਰਜ਼ 'ਚ ਮੇਰੇ ਰੱਬ ਨੇ ਲਾਈ ਹੈ ਤੇ ਇਹਨੂੰ ਸਿਆਣੇ ਕੋਲ ਲੈ ਜਾਓ, ਕਿ ਸਿਆਣੇ ਕੋਲ ਵੀ ਕਿਹੜੀ ਸਿਆਣੇ ਕੋਲ ਲੈ ਜਾਈਏ ਸਿਆਣੇ। ਚਾਚਾ ਜੀ ਉਹ ਮਾਇਆ ਸੁਣਾਓ, ਕਿਹੜੇ ਸਿਆਣੇ ਬੰਦੇ ਭੁੱਲਦੇ ਵੇਖੇ ਹੀਰੇ ਸ਼ਹਿਰਾਂ ਵਿੱਚ ਵਿਕਦੇ ਵੇਖੇ, ਸਹੀ ਗੱਲ, ਮੋਤੀ ਤੱਕੜੀ ਵਿੱਚ ਤੁਲਦੇ ਵੇਖੇ, ਸਿਆਣੇ ਬੰਦੇ ਗੱਲਾਂ ਤੋਂ ਭੁੱਲਦੇ ਵੇਖੇ, ਫੁੱਲ ਪੈਰਾਂ ਵਿੱਚ ਰੁਲਦੇ ਵੇਖੇ, ਦੁਨੀਆਂ ਵੇਖੀ ਰੰਗ ਬਿਰੰਗੀ, ਸਹੀ ਗੱਲ, ਕਈ ਕਈ ਰੰਗ ਇੱਕ ਫੁੱਲ ਦੇ ਵੇਖੇ, ਸਹੀ ਗੱਲ। ਸਾਡੀ ਗਲੀ ਨੰਗ ਮਾਇਆ ਦੁੱਖ ਟੁੱਟਣ ਬਿਮਾਰਾਂ, ਸੜਕਾਂ ਤੇ ਰੇੜੇ ਨੀ, ਸੜਕਾਂ ਤੇ ਰੇੜੇ ਨੀ ਤੇ ਕਿਸਮਤ ਸੜ ਗਈ ਹੈ, ਗਿਲੇ ਸੱਜਣਾ ਦੇ ਕਿਹੜੇ ਨੀ, ਕਾਹਦੇ ਸੱਜਣਾ ਦੇ ਕਾਹਦੇ ਗਿਲੇ ਕਰੀ, ਕਿਸਮਤ ਸਾਡੀ ਸੜ ਗਈ ਨਾ ਚਾਚਾ। ਬੱਸ ਵਿੱਚ ਬਹਿ ਗਏ, ਬੱਸ ਵਿੱਚ ਬਹਿ ਗਏ, ਉਹ ਬਾਰੀਆਂ ਬੰਦ ਕਰਕੇ ਦਿਲ ਸਾਡਾ ਲੈ ਗਏ, ਬਾਰੀਆਂ ਬੰਦ ਕਰਕੇ ਦਿਲ ਸਾਡਾ ਲੈ ਗਏ, ਬਾਰੀਆਂ ਬੰਦ ਕਰ। ਵਾਹ ਜੀ ਵਾਹ, ਵਾਹ ਜੀ ਵਾਹ। ਖੱਖੜੀ ਵਾੜੇ ਦੀ, ਖੱਖੜੀ ਵਾੜੇ ਦੀ, ਵਾੜੇ ਦੀ ਜਿਸ ਦਿਨ ਦੀਆਂ ਲਾਈਆਂ ਮੈਂ, ਦੁਖੀ ਉਸ ਦਿਹਾੜੇ ਦੀ, ਚਿਮਟਾ ਮਸਾਇਆ ਦਾ ਤੇ ਚੱਲ ਦਿਲਾ ਇੱਥੋਂ ਤੁਰ ਚੱਲੀਏ, ਸਾਡਾ ਕਦਰ ਨਹੀਂ ਆਇਆ, ਸਾਡੀ ਕੋਈ ਕਦਰ ਨਹੀਂ ਆਇਆ, ਇੱਥੋਂ ਤੁਰ ਚੱਲੀਏ, ਕਦਰ ਨਹੀਂ ਆਇਆ, ਰਕਸ਼ਾ ਪੁਲ ਟੱਪਿਆ ਇਹ ਸਾਡਾ ਕਾਤਲ ਹੈ, ਅੱਜ ਨੇ ਸਾਡੀ ਕਬਰ 'ਤੇ ਫੁੱਲ ਸੱਟੇ, ਅੱਜ ਨੇ ਫੁੱਲ ਤੋੜ ਕੇ ਸਿੱਟਿਆ ਨਾ ਸਾਡੀ ਕਬਰ 'ਤੇ, ਇਹ ਕਾਤਲ ਇਹ ਆ, ਸਾਡਾ ਕਾਤਲ ਇਹ ਫੁੱਲ ਦਾ ਇਹ ਕਾਤਲ ਆ, ਇਹਨੇ ਟੁੱਟੀ ਡੋਰ ਨਾ ਗੁੱਡੀ ਦੀ ਹੱਥਿਆ ਪਏ, ਇਹ ਮੈਂ ਇਹਨੂੰ ਗੁੱਡੀ ਮੈਂ ਨਾ ਦਿਲ ਨੂੰ, ਓਏ ਬੰਦੇ ਨੂੰ ਗੁੱਡੀ, ਇਹਦੀ ਡੋਰ ਟੁੱਟ ਜਾਣੀ ਹੈ ਵਿੱਚੋਂ ਰੂਹ ਨਿਕਲ ਜਾਣੀ ਹੈ। ਅੱਛਾ ਜੀ, ਅੱਛਾ ਠੀਕ ਹੋ ਗਿਆ ਜੀ, ਟੁੱਟੀ ਡੋਰ ਨਾ ਗੁੱਡੀ ਦੀ ਹੱਥ ਆਵੇ, ਛੁੱਟਾ ਤੀਰ ਨਾ ਮੁੜੇ ਕਮਾਨ ਵਿੱਚੋਂ, ਵਿਗੜੀ ਰੰਨ ਨਾ ਖਾਵਣ ਦਾ ਕਹਿਣ ਮੰਨੇ, ਉਹ ਭਾਵੇਂ ਸੂਰਮਾ ਹੋਵੇ ਮੈਦਾਨ ਵਿੱਚੋਂ, ਸ਼ਮਾ ਇਹ ਦੰਗ ਪਤੰਗ ਰਹਿਣਾ, ਭਾਵੇਂ ਹੋਵੇ ਅੱਧ ਸਮਾਨ ਵਿੱਚੋਂ, ਉਹ ਖੁਸ਼ੀ ਮੰਮਦਾ ਬੋਲਿਆ ਬੋਲ ਨਹੀਂ ਹੱਥ ਆਉਂਦਾ, ਜਿਹੜਾ ਨਿਕਲ ਜਾਂਦਾ ਇਹ ਜ਼ਬਾਨ ਜਬਾਨ ਚੋਂ ਨਿਕਲ ਜੇ ਨਾ ਬੱਚਾ, ਫਿਰ ਮੁੜ ਕੇ ਉਹ ਹੱਥੀ ਕਦੀ ਨਹੀਂ ਆਉਂਦਾ। ਸਹੀ ਗੱਲ ਹੈ ਚਾਚਾ, ਸਹੀ ਗੱਲ। ਬੇ ਲਾਮ ਲਾਲਪੁਰ ਦੇ ਵਿੱਚ ਇੱਕ ਹੋਈ ਚੋਰੀ, ਗੱਲ ਰਹੀ ਨਹੀਂ ਕਹਿਣ ਕਹਾਉਣ ਵਾਲੀ, ਉਹ ਤੇ ਕੱਢ ਸਿਰਾਣਿਓਂ ਡਾਂਗ ਲੈ ਗਏ, ਜੁੱਤੀ ਲੈ ਗਏ ਉਹ ਪੈਰੀ ਪਾਉਣ ਵਾਲੀ, ਉਹ ਲੂਣ ਮਿਰਚ ਤੇ ਮਸਾਲਾ ਲੈ ਗਏ ਨੇ, ਹਾਂਡੀ ਲੈ ਗਏ ਨੇ ਦਾਲ ਪਕਾਉਣ ਵਾਲੀ, ਤੁਰੰਤ ਹਾਲ ਲੈ ਗਏ, ਦਰੀ ਲੈ ਗਏ ਨੇ ਹੇਠ ਵਿਛਾਉਣ ਵਾਲੀ, ਪਰ ਹੈਦਰ ਫਕੀਰ ਦਾ ਬਹੁਤ ਨੁਕਸਾਨ ਹੋਇਆ, ਰਨ ਲੈ ਗਏ ਨੇ ਦਿਲ ਪਹੁੰਚਾਉਣ ਵਾਲੇ, ਉਹ ਜਾਂਦਿਆਂ ਉਹਨੇ ਆਖਿਆ ਉੱਠ, ਕਿਉਂ ਉਹਨੇ ਆਖਿਆ ਸਾਰੀ ਜਾਵਾਂ ਕੱਟੀਆਂ ਕਰ ਲਈਆਂ ਤੇ ਤੁਵੇਂ ਹੁਣ ਲਈ ਚੱਲ, ਇੱਥੇ ਹੁਣ ਵੇਲੀ ਨੇ ਕੀ ਕਰਨਾ, ਸ਼ਾਵਾਂ ਵੀ ਲੈ ਲਈਆਂ, ਤੈਨੂੰ ਵੀ ਲੈ ਚੱਲੀ, ਆਲੂ ਸੁੱਟਿਆ ਦੁਕਾਨ ਪਿੱਛੇ, ਆਲੂ ਸੁੱਟਿਆ ਦੁਕਾਨ ਪਿੱਛੇ, ਅਤੇ ਅਸਾਂ ਦਿਲ ਦੇ ਛੱਡਿਆ ਏ, ਅਸਾਂ ਦਿਲ ਦੇ ਛੱਡਿਆ ਏ ਤੇਰੀ ਮਿੱਠੀ ਜਿਹੀ ਜ਼ਬਾਨ ਪਿੱਛੇ।